ਬਿਸਮਿਲ੍ਲਾਹਿਰਹਮਾਨਿਰਹੀਮ ਅਸਲਾਮੁ ਅਲੈਕਮ ਮੇਰੀ YouTube ਫੈਮਿਲੀ ਨੂੰ ਕਿਵੇਂ ਆ ਆਪ ਤੁਸੀਂ ਠੀਕ ਹੋ Facebook ਵਾਲੇ ਤੁਸੀਂ ਕਿੱਦਾਂ ਤੁਸੀਂ ਠੀਕ ਹੋ ਭਈ ਅੱਜ ਇੱਥੇ ਲੱਗ ਗਈ ਆ ਫਰਾਈ ਪੈਨਾਂ ਦੀ ਸੇਲ ਇਹ ਦੇਖੇ ਕਿਤਨੇ ਜ਼ਬਰਦਸਤ ਔਰ ਅੱਛੇ ਫਰਾਈ ਪੈਨ ਆ ਤੇ ਪਰ ਇਹਨਾਂ ਦਾ ਮੈਨੂੰ ਕੀ ਫਾਇਦਾ ਮੈਨੂੰ ਹਾਫ ਫਰਾਈ ਅੰਡਾ ਜੋ ਹੈ ਨਾ ਉਹ ਬਣਾਉਣਾ ਨਹੀਂ ਆਤਾ ਜਾਂ ਇਹ ਫਰਾਈ ਪੈਨ ਨਹੀਂ ਚੰਗੇ ਇੰਨਾ ਚੰਡਾ ਹੀ ਨਹੀਂ ਬਣਦਾ ਤੇ ਇਹਨਾਂ ਦੇ ਪਾਪਾ ਮੈਨੂੰ ਕਹਿੰਦੇ ਕਿ ਫਰਾਈ ਪੈਨ ਤੋਂ ਇੱਕ ਸੀ ਇੱਕ ਕੰਪਨੀ ਅੱਛੀ ਕੇ ਹੈ ਤੇ ਤੈਨੂੰ ਬਣਾਉਣਾ ਨਹੀਂ ਆਂਦਾ ਤੇ ਮੈਂ ਕਹਿੰਦਾ ਸਾਰੀ ਉਮਰ ਹੋ ਗਈ ਖਾਣਾ ਖਾਤੇ ਪਕਾਤੇ ਬਣਾਤੇ ਤਰਲ ਹਾਫ ਫਰਾਈ ਅੰਡਾ ਨਹੀਂ ਬਣਾਨਾਤਾ ਤੇ ਅੰਮੀ ਦੇ ਘਰ ਤੇ ਇੱਕ ਤਵੇ ਤੇ ਉੱਥੇ ਹੀ ਸਾਰਾ ਕੁਝ ਹਾਂਡੀ ਪਕਾਈ ਜਾਂਦੀ ਸੀ ਉਹਦੇ ਤੇ ਹਾਂਡੀ ਤਾਂ ਨਹੀਂ ਰੋਟੀ ਪਕਾ ਲਈ ਆਮਲੇਟ ਪਕਾ ਲਿਆ ਹਾਫ ਫਰਾਈ ਬਣਾ ਲਿਆ ਚੀਸ ਤਲਣੀ ਉੱਥੇ ਹੀ ਤਵੇ ਤੇ ਰੱਖ ਕੇ ਤਲ ਲਈ ਇੱਕ ਤਵੇ ਨਾਲ ਇੰਨੇ ਕੰਮ ਚਲਾਈ ਦੇ ਸੀ ਐ ਥੋ ਇਧਰ ਇਤਨੀ ਵੈਰਾਈਟੀ ਹੈ ਇਹ ਫਰਾਈ ਪੈਨਾਂ ਦੀ ਤਵੇਆਂ ਦੀ ਫਲਾਂ ਦੀ ਟੀਮ ਦੀ ਲੇਕਿਨ ਜੋ ਹੈ ਨਾ ਉਹ ਉਂਡਾ ਨਹੀਂ ਬੰਨਤਾ ਜਾਂ ਚੁੱਲੇ ਦਾ ਕੋਈ ਮਸਲਾ ਜਾਂ ਪੈਨਾਂ ਦਾ ਕੋਈ ਮਸਲਾ ਤੇ ਪਈ ਮੇਰੇ ਹੱਥਾਂ 'ਚ ਕੋਈ ਮਸਲਾ ਨਹੀਂ ਮੈਂ ਘਰ ਵਾਲਿਆਂ ਨੂੰ ਕਹਤਾ ਕਿ ਮuje ਮੇਨੀ ਅੰਮੀ ਵਾਲਾ ਤਵਾਲਿਆ ਦੋ ਪਹਿਲਾ ਤਵਾਲਿਆ ਦੋ ਕਿ ਅੰਡਾ ਜੋ ਹੈ ਨਾ ਉਸਵੇਂ ਸਹੀ ਬਣ ਜਾਂਦਾ ਤੇ ਮੈਨੂੰ ਅੰਡਾ ਬਣਾਉਣਾ ਹੈ ਉਹ ਕਹਿੰਦੇ ਤੂੰ ਸਾਨੂੰ ਕੋਈ ਚੰਗਾ ਬਣਾ ਕੇ ਦਿਖਾਉਂਗੀ ਕੋਈ ਗੋਲ ਹਾਫ ਫਰਾਈ ਤੇ ਫੇਰ ਹੀ ਅਸੀਂ ਮੰਨਾਂਗੇ ਨਾ ਵੀ ਤੈਨੂੰ ਅੰਡਾ ਉਹ ਮuje ਮਨਾਣੇ ਤੇ ਲੱਗੇ ਹੋ ਕਿ ਆਪਕੋ ਜੋ ਹੈ ਨਾ ਵੀ ਹਾਫ ਫਰਾਈ ਅੰਡਾ ਬਣਾਉਣਾ ਨਹੀਂ ਆਂਦਾ ਤੇ ਮੈਂ ਉਹਨਾਂ ਨੂੰ ਮਨਾਉਣ ਚ ਲੱਗੀ ਹੂ ਕਿ ਮੈਨੂੰ ਆਂਦਾ ਤੇ ਪੈਨ ਨਹੀਂ ਸਹੀ ਤੇ ਪਾਸ ਅੱਜ ਮੈਨੇ ਕਾ ਚਲੋ ਚਾਰੋਂ ਪੈਨ ਰਖਤੀ ਹੂ ਇਦਰ ਤੇ ਤੁਹਾਡੇ ਸਾਹਮਣੇ ਮੈਂ ਜਿਹੜੀ ਆ ਨਾ ਆਡੀਅੰਸ ਨੂੰ ਖੜਾ ਲਿਆ ਪਿੱਛੇ ਇੱਕ ਸਾਈਡ ਤੇ ਮੈਂ ਕਾ ਤੁਸੀਂ ਦੇਖੋ ਔਰ ਆਪ ਲੋਗ ਵੀ ਲਾਈਵ ਦੇਖ ਲਿਓ ਹੈ ਇਹਦੇ ਵਿੱਚ ਮੱਖਣ ਪਾਵਾਂਗੇ ਕਿ ਮuje ਅੰਡਾ ਬਣਾਉਣਾ ਆਤਾ ਹੈ ਹਾਫ ਫਰਾਈ ਜਾਂ ਨਹੀਂ ਵੀ ਮੇਰੇ ਹੱਥਾਂ ਚ ਮਸਲਾ ਮੇਰੇ ਹੱਥ ਪੁੱਠੇ ਮੇਰੇ ਹੱਥ ਟੁੰਡੇ ਆ ਜੋ ਅੰਡਾ ਨਹੀਂ ਬਣਾ ਸਕਤੇ ਹੈ ਨਾ ਵੱਡਾ ਇਹਨਾਂ ਨੇ ਮੇਰੇ ਤੇ ਸਵੇਰ ਸਵੇਰ ਇਲਜ਼ਾਮ ਲਾ ਛੱਡਿਆ ਹੈ ਤਾਂ ਮੈਨੂੰ ਜੋਸ਼ ਚੜ ਗਿਆ ਮੈਂ ਕਿਹਾ ਅੱਜ ਮੈਨੂੰ ਸਾਰੇ ਲਿਆਓ ਫਰਾਈਪੈਨ ਇਕੱਠੇ ਕਰਕੇ ਘਰ ਦੇ ਤੋਂ ਇਸ ਵਿੱਚ ਮਡਾਲੀਆ ਮੱਖਣ ਥੋੜਾ ਜਿਹਾ ਮੱਖਣ ਨੂੰ ਇੱਧਰ ਉੱਧਰ ਫਰਾ ਲਿਆ ਮੈਂ ਕਿਹਾ ਚੱਲਣਾ ਇੱਕ ਹੀ ਪਾਣਾ ਨਾ ਉਹ ਕਿਤੇ ਵੀ ਜਾ ਕੇ ਤੁਹਾਨੂੰ ਪਤਾ ਨਹੀਂ ਆ ਜਾ ਦੇਖੋ ਆ ਪਾਇਆ ਨਾ ਤੇ ਰੁੜ ਗਿਆ ਇੱਕ ਬੰਨੇ ਨੂੰ ਤੇ ਆ ਵੀ ਪਾਇਆ ਨਾ ਇਹ ਵੀ ਫੈਲ ਗਿਆ ਤੁਸੀਂ ਦੇਖ ਲਓ ਜਰਾ ਤੇ ਹੁਣ ਦੇਖ ਨਾ ਇਹ ਵੀ ਹੁਣ ਮੈਂ ਬਿਲਕੁਲ ਆਪ ਲੋਕ ਦੇਖ ਲੇ ਸਹੀ ਅੰਡਾ ਡਾਲਨੀਓ ਤੇ ਆ ਵੀ ਦੇਖ ਲਓ ਕਿੰਡਾ ਫੈਲ ਗਿਆ ਇਧਰ ਵੀ ਡਾਲਦੀ ਆ ਬਿਲਕੁਲ ਵੈਸੇ ਹੀ ਡਾਲਾ ਤੋੜ ਕੇ ਕੀ ਮਸਲਾ ਇਹ ਫਰਾਈ ਪੈਨਾਂ ਨੇ ਮੇਰੇ ਖਿਲਾਫ ਪ੍ਰੋਪੋਗੰਡਾ ਬਣਾਇਆ ਹੋਇਆ ਕਿ ਇਹ ਦਾ ਹਾਫ ਫਰਾਈ ਹੰਡਾ ਕਾਮਯਾਬ ਨਹੀਂ ਹੋਣ ਦੇਣਾ ਹੈ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਮੈਂ ਪੁੱਠੇ ਹੱਥਾਂ ਨਾਲ ਅੰਡੇ ਪਾਏ ਆ ਤਾਂ ਬਸ ਥੋੜਾ ਥੋੜਾ ghee ਉਠਾ ਕੇ ਥੋੜਾ ਜਿਹਾ ਉੱਪਰ ਡਾਲ ਲੇਗੇ ਨਾ ਵੀ ਪਾਓ ਕਿ ਤੁਸੀਂ ਹਾਫ ਫਰਾਈ ਦੇ ਉੱਤੇ ਤੇ ਥੋੜੀ ਦੇਰ ਬਾਅਦ ਇਹ ਉੱਤੋਂ ਵੀ ਨਾ ਜਰਾ ਵਿਚਾਰਾ ਪੱਕ ਜਾਂਦਾ ਤੋ ਉਹ ਫਰਾਈਪੈਨ ਤੋਂ ਵੀ ਨਹੀਂ ਸਹੀ ਉਹ ਤਾਂ ਮੁਝੇ ਤੜਕਾ ਤੁੜਕਾ ਲਗਾਉਣੇ ਲਈ ਸਹੀ ਹੈ ਗੈਸ ਵਾਲੇ ਸਟੋਵ 'ਤੇ ਉਹ ਸਹੀ ਰਹੀਗਾ ਉਹ ਤਾਂ ਥੋੜੀ ਦੇਰ ਬਾਅਦ ਭਾਈ ਧੂਆਂ ਧਾਰ ਹੋ ਜਾਂਦਾ ਧੂਆਂ ਛੱਡ ਦਿੰਦਾ ਤੋ ਇਸਕੇ ਵੀ ਉੱਪਰ ਥੋੜਾ ਸਾ ਆਇਲ ਡਾਲਤੇ ਜਾਏਗੇ ਤੇ ਇਹ ਹੁਣ ਅੰਡਾ ਫਰਾਈ ਕਰਨੇ ਦਾ ਜੋ ਮਸਲਾ ਹੈ ਵੀ ਗੋਲ ਨਹੀਂ ਬਣਦਾ ਚਲ ਥੋੜਾ ਗੋਲ ਬਣੇ ਤੇ ਟੇਡੇ ਮੇਡੇ ਬਣੇ ਜਾਂਦੇ ਨਾ ਪਿੱਛੇ ਆਵਾਮ ਖੜੀ ਮੇਰੇ ਖਿਲਾਫ ਨਾਰੇ ਮਾਰ ਰਹੀ ਹੈ ਕਿ ਅਸੀਂ ਤੁਹਾਨੂੰ ਪਹਿਲੇ ਕਿਹਾ ਸੀ ਆਪ ਅੰਡਾ ਬਣਾ ਨਹੀਂ ਸਕਤੀ ਹੈ ਤੇ ਇਹਨਾਂ ਨੇ ਮੈਨੂੰ ਇਹ ਚੈਲੰਜ ਦੇ ਦਿੱਤਾ ਤੇ ਮੈਂ ਹੁਣ ਕੋਈ ਏਦਾਂ ਦਾ ਫਰਾਈ ਪੈਨ ਲੱਭਣਾ ਨਾ ਜਿਹੜਾ ਸਿਰਫ ਛੋਟਾ ਜਿਹਾ ਹੋਵੇ ਨਿੱਕਾ ਜਿਹਾ ਜਿਹੜਾ ਜਿਹਦੇ ਵਿੱਚ ਅੰਡਾ ਪਾਵਾਂ ਬਸ ਉਹਨਾਂ ਕ ਗੋਲ ਜਿਹਾ ਹੀ ਹੋ ਜਾਵੇ ਹੁਣ ਮੈਂ ਉਹ ਫਰਾਈ ਪੈਨ ਮੈਨੇ ਢੂੰਡ ਕੇ ਲੈ ਕੇ ਆਣਾ ਹੈ ਇੱਕ ਹੋਰ ਬਣਾ ਲਿਆ ਮੈਂ ਉਹ ਵੀ ਵਿਚਾਰਾ ਫੁੱਲ ਜਿਹਾ ਬਣ ਗਿਆ ਤੇ ਪਿੱਛੇ ਆਵਾਜ਼ ਜੋ ਹੈ ਉਹ ਨਾਰੇਬਾਜ਼ੀ ਕਰ ਰਹੀ ਹੈ ਅੰਡਾ ਨਕਾਮ ਹੋ ਗਿਆ ਬੰਨਾਂ ਤੋਂ ਮੈਨੇ ਕਾਨੋ ਮੇਂ ਦੀ ਹੋਈ ਹੈ ਰੂਈ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਨੂੰ ਸੁਣਦਾ ਹੀ ਨਹੀਂ ਪਿਆ ਜਦ ਆਪਨੇ ਜ਼ਿੰਦਗੀ ਮੇਂ ਕਾਮਯਾਬ ਹੋਣਾ ਹੈ ਤੋ ਕਾਨੋ ਕੋ ਬੰਦ ਕਰਨੇ ਆ ਸੱਚੀ ਗੱਲ ਆ ਮੈਂ ਕਹਨੀ ਆ ਸਿੱਧੇ ਤੁਸੀਂ ਉਤਲੀ ਪੌੜੀ ਤੇ ਪਹੁੰਚੂਗੇ ਜੇ ਕੰਨ ਖੁੱਲੇ ਚ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਗਏ ਨਾ ਫਿਰ ਤੁਸੀਂ ਡੱਗ ਮਗਾ ਜਾਓਗੇ ਫਿਰ ਆਪ ਤਰੱਕੀ ਨਹੀਂ ਕਰ ਪਾਓਗੇ ਤੇ ਬਸ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀ ਆ ਮੈਂ ਵੀ ਪਿਛੇ ਆਵਾਮ ਖੜੀ ਦੀ ਕੋਈ ਗੱਲ ਨਹੀਂ ਸੁਣਦੀ ਪਈ ਮੈਨੇ ਰਾਮ ਸੇ ਜੋ ਹੈ ਨਾ ਇੰਜੋਏ ਕੀਤਾ ਆਪਣੇ ਟੇਡੇ ਮੇਡੇ ਅੰਡਿਆਂ ਨੂੰ ਹੈ ਰਿਜ਼ਖਤਾ ਹੈ ਨਾ ਚਲ ਨਹੀਂ ਸਹੀ ਬਣਾ ਤਾ ਕੋਈ ਨਹੀਂ ਢਿੱਡ ਜੀ ਜਾਣਾ ਗੱਲ ਉਹੀ ਚਾਹ ਬਨਾਰੀ ਲੇਚੀ ਪਾਈ ਪੱਤੀ ਪਾਈ 2 ਕੱਪ ਚਾਹ ਹੈ ਦੁੱਧ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਹਰ ਚੀਜ਼ ਪਾ ਲਓ ਉਹ ਟੋਸਟ ਮੈਨੇ ਕਰ ਲਿਏ ਹੈ ਸਾਥ ਹੀ ਤੇ ਉਹ ਬਾਕੀ ਜੋ ਹੈ ਅੱਜ ਮੇਰੀ ਹੈ ਅੱਖਾਂ ਦੀ ਅਪਾਇੰਟਮੈਂਟ ਮੈਨੂੰ ਨਾ ਥੋੜਾ ਥੋੜਾ ਚੋਲਾ ਚੋਲਾ ਨਜ਼ਰ ਆਉਣ ਲੱਗ ਗਿਆ तो मैं आज जाऊंगी तो फिर मैं थोड़ा बाद अगली वीडियो दसूँगी कि डॉक्टर ने मेरे डेलिया बारे की क्या <laughs> लेकिन मैं हॉस्पिटल में नहीं बना सकती ये वीडियो तो आज मैंने कहा कि चाय भी आपको पूरी बना के दिखाती हूँ कपों में डालते भी दिखाती हूँ कि कपों में ऐसे करके आप लोगों ने चाय डालनी है चाय का पौवा मेरे को नहीं गा <laughs> मैं आप लोगों को हमेशा से बताती हूँ कि चाह मैं अपनी जवानी के दौर तो इदा ही फेंटा लानी हाँ ये चाय पौनी के साथ ही है वो बेचारी की भी बर्बादी कर दिनी हूँ चाह फेंट फेंट के उधर कम नहीं चाह फेंटना लेकिन उससे मैं ये काम लेती हूँ तो चाय होगी है हमारी रेडी चाय को उठा के ले जाएंगे तो फिर इसको पियेंगे हम मैंने इनसे काम करवाया काम कराया कि मैं कह चलो ये टीवी का पोर्शन साफ़ करो टवाई उठा के लगाओ अपने दोबारा से तो मेरे बेटे ने ये काम किया बड़ी हेल्प की मैं अपने बच्चों से काम करवाती हूँ मैं आप लोगों को बताती हूँ बच्चों को शुरू से आती लड़के हों लड़कियाँ हों उनको आदत डालनी चाहिए काम करने की कम घर दे जरूर आने चाहिए कम तो बगैर जिंदगी नहीं घर के कम हो मर्दा वास्ते बाहर देन कोई शर्म नहीं ਕੰਮ ਕਰਨਾ ਚਾਹੀਏ ਬਸ ਤੇ ਮੈਂ ਇਹਨਾਂ ਨੂੰ ਮਸਰੂਫ ਰਹਿਣ ਵਾਸਤੇ ਦੇ ਦਿੰਨੀ ਹਿੰਨੀਆ ਤਸਮੇ ਨਕਾਲ ਕੇ ਔਰ ਬਹੁਤ ਸਾਰੇ ਐਸੇ ਕੰਮ ਕਿ ਇਹ ਮੋਬਾਈਲ ਨਾ ਦੇਖੇ ਤੇ ਤੁਸੀਂ ਯਕੀਨ ਕਰੋਗੇ ਕਿ ਮੇਰੇ ਬੱਚੇ ਮੋਬਾਈਲ ਕੇ ਬਿਲਕੁਲ ਵੀ ਸ਼ੁਕੀਨ ਨਹੀਂ ਹੈ ਆਦੀ ਨਹੀਂ ਹੈ ਤੇ ਇਹਨਾਂ ਨੇ 2 ਘੰਟੇ ਇਹੀ ਪਾਈ ਜਾਣੇ ਲਾਈ ਜਾਣੇ ਪਾਈ ਜਾਣੇ ਲਾਈ ਜਾਣ ਤੋ ਬਿਜ਼ੀ ਰਹਿਣਾ ਤੇ ਸਲੇਟ ਜਿਹੜੀ ਆ ਸਾਡੀ ਤੁਹਾਨੂੰ ਪਤਾ ਹੀ ਆ हम स्लेटों पे लिखते थे हैंडराइटिंग अच्छी होती थी तो इधर मेरी बेटियाँ जो है ना वो स्लेट पे लिख रही हैं जो इस तरह की स्लेट हैं है? मार्कर से लिखनी इधर से ही मिट जाता है लिखती रहती हैं मिटाती जाती हैं ये इन कामों में बिज़ी रहती हैं तो बच्चों को घर के कामों में बिज़ी करें तो आप सुकून में रहेंगी अपना बहुत सारा ख्याल रखिएगा थैंक्स फॉर वॉच